ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇਡੀਓ ਸਿੰਘਨਾਦ ਤੇ ਆਪ ਦਾ ਸਵਾਗਤ ਹੈ ਰੇਡੀਓ ਸਿੰਘਨਾਦ ਜਿਸ ਦੀ ਮਿਸ਼ਨ ਸਟੇਟਮੈਂਟ ਪੈ ਕਾ ਹੁਕੂ ਦੇਤਨੇ ਨਾ ਪੈਮਾਨਤ ਆਨ ਰੇਡੀਓ ਸਿੰਘਨਾਦ ਜੋ ਕੌਮੀ ਵਿਰਸਾ ਕੌਮੀ ਸਭਿਆਚਾਰ ਤੇ ਜੋ ਇਤੋਂ ਦੇ ਪ੍ਰੋਗਰਾਮ ਇਤਿਹਾਸਿਕ ਪ੍ਰੋਗਰਾਮ ਜਾਂ ਰਾਜਨੀਤਿਕ ਪ੍ਰੋਗਰਾਮ ਉਹਨਾਂ ਦੀ ਸੇਧ ਹਮੇਸ਼ਾ ਜੋ ਉਹਨਾਂ ਦਾ ਸੇਧ ਦੇ ਰੂਪ ਤੇ ਵਿੱਚ ਅਸੀਂ ਇੱਕ ਪੈਰਾਮੀਟਰ ਅਪਣਾਉਨੇ ਆ ਉਹ ਹੈ ਇੱਕ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਆਓ ਅੱਜ ਦਾ ਜੋ ਸਾਡਾ ਹਫਤਾਵਰੀ ਪ੍ਰੋਗਰਾਮ ਹੈ ਜੋ ਸੰਡੇ ਨੂੰ ਐਤਵਾਰ ਨੂੰ ਹਰ ਐਤਵਾਰ 5 ਵਜੇ ਸ਼ਾਮ ਨੂੰ ਸ਼ੁਰੂ ਹੁੰਦਾ ਹੈ ਤੇ ਹਮੇਸ਼ਾ ਕਿਸੇ ਨਵੇਂ ਵਿਸ਼ੇ ਤੇ ਨਵੇਂ ਪੰਥਕ ਮੁੱਦੇ ਤੇ ਅਸੀਂ ਆਪ ਦੇ ਸਾਹਮਣੇ ਹਾਜ਼ਰ ਹੁੰਨੇ ਆ ਤੇ ਅੱਜ ਦਾ ਜੋ ਪ੍ਰੋਗਰਾਮ ਹੈ ਅੱਜ ਦੀ ਜੋ ਗੱਲਬਾਤ ਹੈ ਉਸ ਲਈ ਸਭ ਤੋਂ ਪਹਿਲਾਂ ਆਓ ਇੱਕ ਸਰਧਾਂਜਲੀ ਆਓ ਇੱਕ ਟ੍ਰਿਬਿਊਟ ਉਸ ਰਾਈਟਰ ਨੂੰ ਉਸ ਸ਼ਖਸੀਅਤ ਨੂੰ ਦਈਏ ਜਿਨੇ ਸਾਹਿਤ ਦੀ ਦੁਨੀਆ ਦੇ ਵਿੱਚ ਬਹੁਤ ਵੱਡਾ ਮਾਰਕਾ ਮਾਰਿਆ ਬਹੁਤ ਵੱਡਾ ਕਾਰਜ ਕੀਤਾ ਜੋ ਹੁਣੇ-ਹੁਣੇ ਅਕਾਲ ਚਲਾਣਾ ਕਰ ਗਏ ਉਹਨੇ ਸਰਦਾਰ ਜਸਵੰਤ ਸਿੰਘ ਕਵਲਜੀ ਮੈਂ ਇਹ ਟ੍ਰਿਬਿਊਟ ਉਹਨਾਂ ਨੂੰ ਉਹਨਾਂ ਦੀ ਹੀ ਕਿਤਾਬ ਕੋਣ ਕੇ ਸੋਹਲੇ ਗਾਵੀਏ ਨਾਨਕ ਦੇ ਵਿੱਚੋਂ ਇੱਕ ਬੜੀ ਪਾਵ ਪੰਨੀ ਜੋ ਦੋ ਕ ਪੇਜਾਂ ਦੀ ਦੋ ਕ ਪੰਨਿਆਂ ਦੀ ਉਹਨਾਂ ਦੀ ਆਪਣੇ ਦੁਆਰਾ ਲਿਖੀ ਹੋਈ ਕਿ ਮੈਂ ਆਖਦਾ ਹਾਂ ਪੜ ਕੇ ਉਹਨਾਂ ਨੂੰ ਸਰਦਾ ਦੇ ਫੁੱਲ ਅਰਪਣ ਕਰਾਂਗਾ ਆਓ ਫਤਿਹ ਦੀ ਸਾਂਝ ਪਾਈਏ ਮੇਰੇ ਨਾਲ ਸਟੂਡੀਓ ਦੇ ਵਿੱਚ ਸਰਦਾਰ ਜਗਤ ਸਿੰਘ ਜੀ ਹਾਜ਼ਰ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਸਵੰਤ ਸਿੰਘ ਕਵਲ ਜੋ ਕਿਸੇ ਜਾਨ ਹੈ ਚਾਂਦੇ ਮੁਤਾਜ਼ ਨਹੀਂ ਜਿਨ੍ਹਾਂ ਦੇ ਤਕਰੀਬਨ 34-35 ਦੇ ਕਰੀਬ ਨਾਵਲ ਤੇ ਕਹਾਣੀਆਂ ਦੀ ਗੱਲ ਕਰੋ ਤੇ 14 ਦੇ ਕਰੀਬ ਕਹਾਣੀਆਂ ਵਾਲੀਆਂ ਕਿਤਾਬਾਂ ਫਿਰ ਰਾਸੀ ਲੇਖ ਲੇਖ अनेका ਜਿਵੇਂ ਜਿਤਨਾਮਾ ਸਿੱਖ ਜਦੋ ਜੈਦ ਕਮਲ ਕਹਿੰਦਾ ਰਿਹਾ ਸਾਡੇ ਦੋਸਤ ਸਾਡੇ ਦੁਸ਼ਮਣ ਸੱਚ ਕੀ ਬੇਲਾ ਇਦਾਂ ਦੇ ਰਾਸੀ ਲੇਖ ਲਿਖ ਕੇ ਰੇਖਾ ਚਤਰ ਕਵਤਾਵਾ ਤੇ ਜੀਵਨ ਕਣੀਆਂ ਲਿਖ ਕੇ ਸਾਡੀ ਸਿੱਖ ਸਮਾਜ ਦੇ ਚੋੜੀ ਪਈਆਂ ਕਬਲ ਜੀ ਦਾ ਮੈਂ ਆਖਦਾ ਹਾਂ ਇੱਕ ਬੜਾ ਪਾਪ ਪਿੰਨਾ ਖਿਆਲ ਬੜੀ ਪਾਪ ਪਿੰਨੀ ਉਡਾਰੀ ਇਸ ਕਿਤਾਬ ਨੂੰ ਲਿਖਣ ਤੋਂ ਪਹਿਲਾਂ ਜਿਹੜੀ ਉਹਨਾਂ ਨੇ ਕਲਮ ਬੰਦ ਕੀਤੀ ਹੈ ਉਹ ਦੋ ਪੰਨਿਆਂ 'ਚ ਆ ਜਿਹਨੂੰ ਪੜ ਕੇ ਮੈਂ ਉਹਨਾਂ ਨੂੰ ਇੱਕ ਟ੍ਰਿਬਿਊਟ ਦੇਣਾ ਚਾਹੁੰਨਾ ਇਹ ਦਸਤਾਵੇਜੀ ਨਾਵਲ ਬਹੁਤ ਪਹਿਲਾਂ ਲਿਖਿਆ ਜਾਣਾ ਸੀ ਗੱਲ ਕਰ ਰਹੇ ਨੇ ਖੂਨ ਕੇ ਸੋਹਲੇ ਗਾਵੀਏ ਨਾਨਕ ਨਾਵਲ ਦੀ ਜੋ ਪੰਜਾਬ ਦੇ ਹਾਲਾਤਾਂ ਤੇ ਆਧਾਰਿਤ ਹੈ ਜੋ 84 ਦੇ ਉਸ ਦੌਰ ਤੇ ਉੱਤੇ ਜਾਂ ਉਸ ਤੋਂ ਬਾਅਦ ਕੀ ਹੋਇਆ ਜਾਂ ਉਸ ਤੋਂ ਪਹਿਲਾਂ ਕੀ ਹਾਲਾਤ ਸਨ ਉਥੋਂ ਗੱਲ ਸ਼ੁਰੂ ਹੁੰਦੀ ਹੈ ਤੇ ਬੜਾ ਜ਼ਬਰਦਸਤ ਬਹੁਤ ਹੀ ਵਧੀਆ ਲਿਖਿਆ ਹੈ ਇਹ ਨਾਵਲ ਹੈ ਬਾਕੀ ਉਸ ਲੇਖਣੀ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਉਹਨਾਂ ਨੇ ਇਹਨਾਂ ਦੋ ਪੇਜਾਂ 'ਚ ਗੱਲ ਕਰ ਦਿੱਤੀ ਹੈ ਕਈ ਦਿਨ ਮੈਂ ਇਹ ਦਸਤਾਵੇਜੀ ਨਾਵਲ ਬਹੁਤ ਪਹਿਲਾਂ ਲਿਖਿਆ ਜਾਣਾ ਸੀ ਪਰ ਹਾਲਾਤ ਨੇ ਰਾਹ ਨਾ ਦਿੱਤਾ ਪਾਠਕਾਂ ਦੋਸਤਾਂ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਸਿਦਕਵਾਨਾਂ ਚਿੱਠੀਆਂ ਰਾਹੀਂ ਅਤੇ ਜ਼ਬਾਨੀਕਾਰ ਆ ਕੇ ਆਖਿਆ ਤੁਹਾਨੂੰ ਪੰਜਾਬ ਦੇ ਸੰਕਟ ਬਾਰੇ ਵੀ ਲਿਖਣਾ ਚਾਹੀਦਾ ਹੈ ਕਿਉਂਕਿ ਜੇ ਤੁਸੀਂ ਨੈਕਸਲਾਈਟਾਂ ਬਾਰੇ ਲਹੂ ਦੀ ਲੋ ਲਿਖ ਸਕਦੇ ਹੋ ਤਦ ਇਸ ਕਤਲੇਆਮ ਤੇ ਕੱਲੂ ਕਾਰੇ ਬਾਰੇ ਕਿਉਂ ਨਹੀਂ ਸਾਰੇ ਪਾਟਕਾਂ ਤੇ ਦੋਸਤਾਂ ਦਾ ਕਹਿਣਾ ਜਾਇਜ਼ ਸੀ ਮੇਰੀ ਜਮੀਰ ਨੇ ਇਸ ਫਰਕ ਨੂੰ ਇਸ ਫਰਜ ਨੂੰ ਇੱਕ ਕਰਜ਼ ਸਮਝਾਇਆ ਸੀ ਇਹ ਕਰਜ਼ ਮੈਂ ਤਿੰਨ ਕਿਸ਼ਤਾਂ ਵਿੱਚ ਲਾਉਣ ਦਾ ਯਤਨ ਕਰ ਰਿਹਾ ਹਾਂ ਪਹਿਲੀ ਕਿਸ਼ਤ ਆਪਣੇ ਪੰਜਾਬੀ ਲੋਕਾਂ ਦੇ ਪੇਸ਼ ਹੈ ਇਸ ਭਾਗ ਦੇ ਛੱਪ ਜਾਣ ਪਿੱਛੋਂ ਹਿੰਦੂਜੀ ਦੀ ਤਿਆਰੀ ਅਰੰਭਾਂਗਾ ਮੈਂ ਵੀ ਖੁਦ ਮੈਂ ਖੁਦ ਵੀ ਚਾਹੁੰਦਾ ਹਾਂ ਕਿ ਮਰਨ ਤੋਂ ਪਹਿਲਾਂ ਪੰਜਾਬ ਦੇ ਦਰਦਮੰਦਾ ਅਤੇ ਆਪਣੇ ਵੱਲੋਂ ਦਰਦਮੰਦਾਂ ਅਤੇ ਆਪਣੇ ਆਪ ਵੱਲੋਂ ਸੁਰੱਖਰੂ ਹੋ ਜਾਵਾਂ ਇਹ ਪਹਿਲੀ ਜਿਹੜੀ ਇਹਨਾਂ ਨੇ 2014 ਚ ਲਿਖੀ ਸੀਗੀ। ਹਾਂਜੀ ਨਾਵਲ ਦੀ ਤਕਨੀਕ ਨੂੰ ਮੁੱਖ ਰੱਖ ਕੇ ਲਿਆਂਦਾ ਮੁੱਖ ਰੱਖ ਕੇ ਲਿਖਦਾ ਤਾਂ ਸ਼ਾਇਦ ਤਿਆਰੀ ਲਈ ਹੋਰ ਵੱਧ ਸਮਾਂ ਲੱਗਦਾ। ਪਰ ਬਾਬਾ ਫਰੀਦ ਦੇ ਸ਼ਬਦਾਂ ਵਿੱਚ ਮੈਨੂੰ ਆਪਣੇ ਅੱਗੇ ਦਾ ਵਿਚਾਰ ਸੀ। ਹਮ ਲਿਖਉ ਐਸੀ ਐਸੀ ਅਸਥੀਤਾ ਹੁੰਦੀਆਂ ਨੇ। ਹਾਂਜੀ ਜਿਹੜੀਆਂ ਮੌਤ ਨੂੰ ਮੰਨ ਕੇ ਚਲਦੀਆਂ ਨੇ। ਪੀਹੋ ਤੇਰੀ ਬਾਰੀ ਹੈ ਪੀਹੋ ਤੇਰਾ ਹੁਣ ਸਮਾਂ ਹੈ ਵੀ ਜਿਹੜਾ ਤੇਰਾ ਮਿਸ਼ਨ ਹੈ ਉਹਦੇ ਸੰਬੰਧ ਚ ਕੁਝ ਨਾ ਕੁਝ ਕਰ ਜਾ ਲੋਈਆ ਸੰਜੀ ਬਿਲਕੁਲ ਨਹੀਂ ਤੇ ਸਮਾਂ ਆਉਣਾ ਹੈ ਵੀ ਇਥੋਂ ਤੈਨੂੰ ਜਾਣਾ ਪੈਣਾ ਹੈ ਬਾਬਾ ਫਰੀਦ ਦੇ ਸ਼ਬਦਾਂ ਵਿੱਚ ਮੈਨੂੰ ਆਪਣੇ ਅੱਗੇ ਦਾ ਵੀ ਖਿਆਲ ਸੀ ਸੋ ਸਚਿਆਰੀ ਤਕਨੀਕ ਨਾਲੋਂ ਮੈਂ ਸੋ ਸੱਚ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਅਧੇਰੇ ਮੁਖ ਰੱਖ ਲਿਆ ਮੇਰੇ ਸਾਹਮਣੇ ਲੋਕਾਂ ਨੂੰ ਉਤਸ਼ਾਹੀ ਬਲ ਦੇਣਾ ਬਹੁਤੇ ਇਹ ਜ਼ਰੂਰੀ ਹੋ ਗਿਆ ਪੰਜਾਬ ਨੂੰ ਮੈਂ ਨਿਰਾਸ਼ਤਾ ਦੀਆਂ ਖਾਈਆਂ ਵਿੱਚ ਡਿੱਗਦਾ ਨਹੀਂ ਚੜ੍ਹਦੀ ਕਲਾ ਵਿੱਚ ਉੱਠਦਾ ਵੇਖਣਾ ਚਾਹਤਾ ਹਾਂ ਦੁਸ਼ਮਣਾਂ ਸਾਨੂੰ ਮਾਰਿਆ ਬੇਪੱਤਵੀ ਕੀਤਾ ਸਾਡੇ ਧਰਮ ਨੂੰ ਰੋਲਣ ਦੀ ਕਸਰ ਨਹੀਂ ਛੱਡੀ ਪਰ ਪੰਜਾਬ ਦੀ ਰੂਹ ਦਾ ਤਰੀਕ ਨੂੰ ਫਤਵਾ ਹੈ ਜ਼ਖਮ ਗਹਿਰੇ ਕਰਨ ਵਿੱਚ ਸਾਡੇ ਆਗੂਆਂ ਬਰਾਬਰ ਹਿੱਸਾ ਪਾਇਆ ਬੜੀ ਡੂੰਘੀ ਗੱਲ ਕਰ ਰਹੇ ਨੇ ਬਹੁਤ ਸਤਿ ਪੀ ਪੰਜਾਬ ਦੇ ਜਿਹੜੇ ਆਕੂਆਂ ਨੇ ਇਹਨਾਂ ਨੂੰ ਜ਼ਖਮ ਨੂੰ ਹੋਰ ਗਹਿਰਾ ਕੀਤਾ ਸਿਆਣਪ ਤੋਂ ਕੰਮ ਨਹੀਂ ਲਿਆ ਸੋ ਪੰਜਾਬ ਦੀ ਕੁਰਲਾਂਦੀ ਰੂਹ ਦੀ ਆਵਾਜ਼ ਮੈਂ ਸੁਣੀ ਤੇ ਤੜਪ ਤੜਪਿਆ ਹਾਂ ਕਿਸੇ ਹੋਰ ਲੇਖਕ ਜਾਂ ਬੁੱਧੀਜੀਵੀ ਨੇ ਸਮੇਂ ਦਾ ਸੱਚ ਵੇਖਣ ਤੋਂ ਅੱਖਾਂ ਮੀਟ ਲਈਆਂ ਹੋਣ ਵੱਖਰੀ ਗੱਲ ਹੈ ਪਰ ਸੱਚ ਨੇ ਹਰ ਹਰ ਹਾਲ ਨੰਗੇ ਰੂਪ ਵਿੱਚ ਸੱਚ ਹੀ ਕਹਿਣਾ ਹੈ ਸੱਚ ਹੀ ਰਹਿਣਾ ਹੈ ਇਸ ਨੂੰ ਕੋਈ ਜ਼ਬਰ ਜ਼ੁਲਮ ਮਾਰ ਨਹੀਂ ਸਕਦਾ ਸਾਚਿ ਤਨ ਲੋਕਾਂ ਦੇ ਘਰੋਂ ਦੁਰਕਾਰਿਆ ਜਾਵੇ ਇਸ ਤੋਂ ਵੱਡੀ ਕੌਮੀ ਲਾਂਤ ਹੋਰ ਕੀ ਹੋ ਸਕਦੀ ਹੈ ਉਹ ਸਾਹਿਤ ਸੁਭਾਵਾਂ ਜਿਹੜੀਆਂ ਰਾਜਸੀ ਪਾਰਟੀ ਦੀਆਂ ਰਖੇਲਾਂ ਹਨ ਅਤੇ ਸਰਕਾਰੀ ਗਰੰਟਾਂ ਦੇ ਆਧਾਰ ਤੇ ਜਿਉਂਦੀਆਂ ਹਨ ਆਖਰ ਨੂੰ ਲੋਕਾਂ ਦੀ ਦਰਗਾਹ ਵਿੱਚ ਦਰਕਾਰੀਆਂ ਜਾਂਦੀਆਂ ਹਨ ਉਹ ਜਿਹੜੀ ਕਲਮ ਗੁਲਾਮ ਹੋ ਜਾਂਦੀ ਜਿਹੜੀ ਕਲਮ ਸਰਕਾਰੀ ਬੁਰਕੀ ਤੇ ਚੱਲਦੀ ਹੈ ਉਹ ਸੱਚੇ ਦੀ ਦਰਗਾਹ ਚ ਪਰਵਾਨ ਨਹੀਂ ਚੜਦੀ ਭਾਵ ਇਸ ਦਰਗਾਹ ਦੇ ਵਿੱਚ ਉਹ ਲੋਕ ਜਿਹੜੇ ਸੱਚ ਨਾਲ ਜੁੜੇ ਨੇ ਉਹਨਾਂ ਦੇ ਪਰਵਾਨ ਨਹੀਂ ਚੜਦੀ ਉਹ ਲੋਕ ਲੋਕ ਇਥੇ ਸਰਕਾਰਾਂ ਵੱਖਰੀਆਂ ਵੱਖਰੀਆਂ ਧਰਾ ਹੁੰਦੀਆਂ ਹਨ ਜਿਵੇਂ ਮਿਹਨਤ ਤੇ ਪੈਸਾ ਨੇਕੀ ਤੇ ਬਦੀ ਲੇਖਕ ਜ਼ਿੰਦਗੀ ਦਾ ਦਰਦ ਨੂੰ ਛੱਡ ਕੇ ਮਰਦਾਰ ਖਾਵੇ ਇਸ ਤੋਂ ਵੱਡੀ ਸਮਾਜੀ ਦੁਰਦਸ਼ਾ ਹੋਰ ਕੀ ਹੋ ਸਕਦੀ ਹੈ ਮੈਂ ਇਹਨਾਂ ਕੋਯਾਰੀਆਂ ਨੂੰ ਪਾਸਾ ਵਟ ਕੇ ਲੋਕਾਂ ਦੇ ਰੂਹ ਬਰੂ ਰਹਿਣਾ ਆਪਣਾ ਈਮਾਨ ਸਮਝਦਾ ਹਾਂ ਲੋਕ ਲਟਿੰਦੇ ਹਨ ਤਾਂ ਮੈਂ ਨੰਗਾ ਹੁੰਦਾ ਹਾਂ ਲੋਕ ਮਰੀਂਦੇ ਹਨ ਤਾਂ ਮੇਰੀ ਰੂਹ ਖੁਦਕੁਸ਼ੀ ਕਰਦੀ ਹੈ ਪੰਜਾਬ ਨੂੰ ਹਰ ਪੱਖੋਂ ਲੱਗੇ ਜ਼ਖਮ ਸ਼ਾਇਦ ਹਾਲੇ ਬਹੁਤ ਲੰਮਾ ਸਮਾਂ ਹਰੇ ਰਹਿਣ ਸਵਾਰ ਇਸ ਸਪੀੜ ਨੂੰ ਭੁੱਲ ਜਾਂਦਾ ਨਹੀਂ ਆਪਣੀ ਅਨਖ ਆਬਰੂ ਨੂੰ ਤਰੀਖੀ ਰਵਾਈਤਾਂ ਅਨਸਾਰ ਕਾਇਮ ਕਰਨਦਾ ਹੈ ਆਪਣਾ ਕੌਮਿਕ ਘਰ ਪੈਦਾ ਕਰੇ ਬਿਨਾ ਇਸ ਨੂੰ ਸਥਾਪਨਾ ਨਹੀਂ ਦਿੱਤੀ ਜਾ ਸਕਦੀ ਕੀ ਬਾਤ ਹੈ ਆਪਣਾ ਕੌਮੀ ਕਰ ਪੈਦਾ ਕਰੇ ਬਿਨਾ ਇਸ ਨੂੰ ਸਥਾਪਨਾ ਨਹੀਂ ਦਿੱਤੀ ਜੇ ਸਰਕਾਰ ਇਮਾਨਦਾਰ ਹੋਵੇ ਦੇਸ਼ ਨੂੰ ਇੱਕ ਰੱਖ ਕੇ ਵੀ ਇਸ ਉਲਝੀ ਹੋਈ ਸਥਿਤੀ ਨੂੰ ਸੁਲਝਾਇਆ ਜਾ ਸਕਦਾ ਹੈ ਪਰ ਕੌਮੀ ਕਰ ਪੈਦਾ ਕਰਨ ਦੀ ਜਦੋਂ ਜਹਿਦ ਛੱਡਣਾ ਇਤਿਹਾਸਕ ਭੁੱਲ ਹੋਵੇਗੀ ਮੈਂ ਉਹਨਾਂ ਗਦਾਰਾਂ ਨੂੰ ਮਾਫ ਨਹੀਂ ਕਰ ਸਕਦਾ ਜਿਨ੍ਹਾਂ ਦਰਬਾਰ ਸਾਹਿਬ ਦੇ ਹਮਲੇ ਨੂੰ ਜਾਇਜ਼ ਆਖੇ ਆਖਰੀ ਗੱਲ ਮੈਂ ਲੋਕਾਂ ਨੂੰ ਚੇਤਾਵਨੀ ਵਜੋਂ ਕਹਿਣਾ ਚਾਹੁੰਦਾ ਹਾਂ ਸਿੱਖਾਂ ਦਾ ਕਲਚਰ ਹੀ ਪੰਜਾਬੀਅਤ ਦੀ ਇਤਿਹਾਸਿਕ ਤਸਦੀਕ ਕਰਦਾ ਹੈ ਬ੍ਰਾਹਮਣਵਾਦ ਇਸ ਕਲਚਰ ਨੂੰ ਖਤਮ ਕਰਨ ਲਈ ਹੱਪੜਿਆ ਹੋਇਆ ਹੈ ਅੱਜ ਸਾਰੀਆਂ ਘਟ ਗਿੰਤਿਆਂ ਨੂੰ ਜਿੰਦ ਜਾਨ ਬਚਾਉਣ ਦੀ ਫਿਕਰ ਪਈ ਹੋਈ ਹੈ ਜਿਸ ਕਲਚਰ ਕੋਲ ਸੱਚ ਹੈ ਮਜ਼ਬੂਤ ਜਥੇਬੰਦੀ ਹੈ ਆਗੂ ਇਮਾਨਦਾਰ ਹਨ ਅਤੇ ਲੋਕਾਂ ਦੇ ਇਤਸ਼ਾਹ ਨੂੰ ਉਬਾਲੇ ਆ ਰਹੇ ਹਨ ਉਹ ਕਦੇ ਨਹੀਂ ਮਰੇਗਾ ਆਨੰਦਪੁਰ ਦੀ ਠੇਰੀ ਤੋਂ ਔਕਾਲ ਅਕਾਲ ਦੀ ਸੱਦ ਲਾਉਣ ਵਾਲਾ ਸੂਰਮਾ ਸਾਹਿਤਕਾਰ ਆਪਣੀ ਉਮਮਤ ਦੀ ਕੌਮੀ ਪ੍ਰੀਖਿਆ ਵੇਖ ਰਿਹਾ ਹੈ ਹਜ਼ਾਰਾਂ ਵਿੱਚੋਂ ਕਦੇ ਕਦੇ ਪੰਜ ਨੇਤਰੇ ਸਨ ਤੇ ਉਹਨਾਂ ਤਰੀਕ ਨੂੰ ਇਨਕਲਾਬ ਦੀ ਕਰਾਮਾਤ ਕਰਕੇ ਵਿਖਾ ਦਿੱਤੀ ਸ਼ਹੀਦਾਂ ਦੀ ertid ਪੰਜਾਬ ਸੂਰਮਿਆਂ ਤੋਂ ਵਾਂਝੀ ਨਹੀਂ ਹੋ ਸਕਦੀ ਉਹਨਾਂ ਸ਼ਹੀਦ ਪੁਰਖਿਆਂ ਦੇ ਲਹੂ ਹੀ ਪੈਦਾ ਕੀਤੀ ਕਣਕ ਖਾਦੀ ਸਥੂਲ ਰੂਪੀ ਮਾਰਕਸਵਾਦ ਸਾਇੰਸੀ ਵਿਚਾਰਧਾਰਾ ਨੂੰ ਗਲਤ ਸਮਝ ਕੇ ਨਫ਼ਰਤ ਨਾ ਕੀਤੀ ਜਾਵੇ ਸਰਬੱਤ ਦੇ ਭਲੇ ਦਾ ਸਾਂਝਾ ਪ੍ਰੋਗਰਾਮ ਪਹਿਲੋਂ ਬਾਹਰਲੀ ਹਾਲਾਤਾਂ ਵਿੱਚੋਂ ਜਿੱਤਿਆ ਜਾਵੇ ਅੰਦਰਲੀ ਸੂਖਮ ਭਾਵੀ ਮੁਕਤੀ ਸਿੱਖ ਸਿਧਾਂਤ ਦੇਨ ਦੇ ਸਮਰੱਥ ਹੈ ਬਰਾਏ ਮਿਹਰਬਾਨੀ ਹੱਕ ਦੇ ਧੱਕੇ ਨੂੰ ਨੱਥ ਪਾਵੋ ਗੁਰਵਾਕ ਹੈ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਜਾਨ ਲਈ ਮਿਰਾਦੀ ਅੰਦਰਲੀ ਬਾਹਰਲੀ ਮੁਕਤੀ ਦਾ ਪਾਵ ਹੈ ਹਰ ਪੱਖ ਦੀ ਆਜ਼ਾਦੀ ਤੁਸੀਂ ਆਜ਼ਾਦ ਹੋਵੋਗੇ ਮਜ਼ਬੂਤ ਹੋਵੋਗੇ ਸਰਬੱਤ ਦਾ ਭਲਾ ਵੀ ਕਰ ਸਕੋ ਕਿ ਕੱਡਾ ਜਬਰਦਸਤ ਨੁਕਤਾ ਹੈ ਸਰਬੱਤ ਦੇ ਭਲੇ ਦਾ ਸੰਕਲਪ ਕਿੱਥੋਂ ਪੈਦਾ ਹੁੰਦਾ ਹੈ ਜਦੋਂ ਘਰ ਚਾਟ ਆਵੇ ਭੁੱਖਾ ਬੰਦਾ ਕੀ ਬਾਰ ਗੱਲ ਕਰੇਗਾ ਇਸੇ ਕਰਕੇ ਗੋਪਾਲ ਤੇਰਾ ਯਾਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਨਕੇ ਕਾਜ ਸਵਾਰਤਾ ਰਹਾਓ ਦਾਲ ਸਿੱਧਾ ਮੰਗੋ ਕਿ ਯੋ ਹਮਰਾ ਖੁਸ਼ੀ ਕਰੇ ਨਿਤ ਜਿਓ ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕਾ ਗਓ ਪੈਸ ਮੰਗੋ ਲਵੇਰੀ ਇੱਕ ਤਾਜਣ ਤੁਰੀ ਚੰਗੇ ਲਈ ਆਰਤਾ ਠੀਕ ਹੈ ਤੇਰੀ ਆਰਤੀ ਠੀਕ ਹੈ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨਤੇ ਜਿਨ ਕੇ ਤੇਰੀ ਭਗਤੀ ਠੀਕ ਆ ਮੈਂ ਤੇਰਾ ਮੰਗਤਾ ਹਾਂ ਤੇਰੀ ਭਗਤੀ ਠੀਕ ਆ ਉਹ ਮਿਸ਼ਨ ਹੈ ਜੀਵਨ ਦਾ ਪਰ ਜੇ ਲੋੜਾਂ ਹੀ ਪੂਰੀਆਂ ਨਹੀਂ ਹੁੰਦੀਆਂ ਜੇ ਮੈਂ ਇਹਨਾਂ ਲੋੜਾਂ ਨੂੰ ਜੇ ਕੌਮਾਂ 'ਤੇ ਲੋੜਾਂ ਛੱਡਦੇ ਆ ਤਾਂ ਤੇਰੀ ਭਗਤੀ 'ਚ ਲੀਨ ਹੋ ਜਾਇ ਇੱਕ ਤਾਂ ਹੋ ਜਾ। ਆਹ ਲੋੜਾਂ ਮੇਰੀਆਂ। ਇਹ ਮੈਨੂੰ ਮੁੱਖ ਰੱਖ ਕੇ ਚੱਲਣਾ ਪੈਣਾ ਨਾਲ। ਇਸੇ ਕਰਕੇ ਕਰਮ ਸਿਧਾਂਤ ਸਿੱਖੀ ਨੇ ਪ੍ਰਗਟ ਕੀਤਾ। ਹਾਂਜੀ। ਇਸੇ ਕਰਕੇ ਜਿਹੜੇ 52 ਕਿਤਾਕਾਰੀ ਸੰਚਾਰ ਆਮ ਦਾਸਪੁਰਚ ਲਿਆ ਕੇ ਵਸਾਏ ਗਏ। ਤਾਂ ਕਿ ਲੋਕਾਂ ਦੀਆਂ ਲੋੜਾਂ ਪੂਰੀ ਹੋ ਸਕਣ। ਜਿਸ ਕੌਮ ਦੀ ਲੋੜ ਪੂਰੀ ਹੋਏਗੀ ਉਸ ਕੌਮ ਦਾ ਵਿਕਾਸ ਹੋਏਗਾ। ਵੇਰ ਯਸ। ਹੁਣ ਸਰਬੱਤ ਦਾ ਭਲਾ ਗੱਲ ਜਦੋਂ ਸਰਬੱਤ ਦੇ ਭਲੇ ਦੀ ਆਉਂਦੀ ਹੈ। ਤੇ ਉਹਦੇ ਆਖ ਤੇ ਸਭ ਤੋਂ ਸਭ ਤੋਂ ਪਹਿਲਾਂ ਤੁਸੀਂ ਖੁਦ ਉਸ ਪੋਜੀਸ਼ਨ 'ਚ ਹੋਵੋ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰ ਸਕਦੇ ਹੋ ਜੋ ਕਿ ਬਹੁਤ ਜ਼ਬਰਦਸਤ ਨੁਕਤਾ ਕਮਲ ਜੀ ਉਹਨਾਂ ਨੇ ਇੱਥੇ ਸਾਂਝਾ ਕੀਤਾ ਹੈ ਅੰਦਰਲੀ ਬਾਹਰ ਦੀ ਮੁਕਤੀ ਦਾ ਭਾਵ ਹੈ ਹਰ ਪੱਖ ਦੀ ਆਜ਼ਾਦੀ ਤੁਸੀਂ ਆਜ਼ਾਦ ਹੋਵੋਗੇ ਮਜ਼ਬੂਤ ਹੋਵੋਗੇ ਸਰਬੱਤ ਦਾ ਭਲਾ ਵੀ ਕਰ ਸਕੋਗੇ ਤੁਹਾਡੀ ਹੋਂਦ ਨਾ ਰਹੀ ਜਿਵੇਂ ਦੁਸ਼ਮਣ ਸੋਚੀ ਦੁਸਮਣ ਨੂੰ ਸੋਚੀ ਤੇ ਕਰੀ ਜਾ ਰਿਹਾ ਹੈ ਤੁਹਾਡਾ ਸਿੱਖ ਸਿਧਾਂਤ ਪੁਰਖਿਆਂ ਦੀਆਂ ਸ਼ਹਾਦਤਾਂ ਨਾਲ ਪਰਿਆ ਇਤਿਹਾਸ ਸ਼ਾਨਾਮਤਿਆ ਸਭਿਆਚਾਰ ਰੋਲ ਦਿੱਤਾ ਜਾਵੇਗਾ ਬ੍ਰਾਹਮਣਵਾਦ ਕੇਵਲ ਆਪੇ ਨੂੰ ਹੀ ਸਹੀ ਤੇ ਬਾਕੀ ਸੱਚ ਨੂੰ ਕੂੜ ਸਮਝਦਾ ਹੈ ਸਰਕਾਰੀ سنگੀਨ ਆਸਰੇ ਇਹ ੱਤਕਾ ਕਿਵੇਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਦਾਸ ਦੀ ਕਲਮ ਚੱਲ ਰਹਿ ਅਤੇ ਆਉਣ ਵਾਲੇ ੱਤਕੇ ਬਾਰੇ ਲੋਕਾਂ ਨੂੰ ਖਬਰਦਾਰੀ ਪੇਸ਼ ਕਰਦੀ ਹੈ ਮੇਰਾ ਸਵਾਲ ਹੈ ਇਹ ਖਵਾਰੀ ਜ਼ੁਲਮ ਮਾਸੂਮਾਂ ਦਾ ਵਗਦਾ ਲਹੂ ਪੰਜਾਬੀਆਂ ਹੋਰ ਕਿੰਨਾ ਚਿਰ ਬਰਦਾਸ਼ਤ ਕਰਨਾ ਹੈ ਅੱਜ ਅਸੀਂ ਮਰ ਮਿਟਣ ਵਾਲੀ ਦੰਤੀ ਤੇ ਹਾਂ ਖਲੋ ਦੰਦੀ ਤੇ ਖਲੋਤੇ ਹਾਂ ਜੁਰਤ ਨੂੰ ਤੀਲੀ ਲੱਗਣੀ ਚਾਹੀਦੀ ਹੈ ਤਾਂ ਜੋ ਚਾਨਣ ਨਾਲ ਗੁਲਾਮੀ ਦੇ ਵਹਿਮਾਂ ਭਰਮਾਂ ਵਾਲੇ ਜਾਲੇ ਸਾਫ਼ ਕੀਤੇ ਕੋਕ ਵਸਦੇ ਪੰਜਾਬ ਦੀਆਂ ਰੰਗਲੀਆਂ ਸ਼ਾਨਾਂ ਵਾਪਸ ਲਿਆਂਦੀਆਂ ਜਾ ਸਕਣ ਮੇਰੀ ਹਸਰਤ ਹੈ ਮੈਂ ਆਜ਼ਾਦ ਕਰ ਸਕਾਂ ਆਜ਼ਾਦੀ ਦੀ ਪ੍ਰਾਪਤੀ ਤੇ ਰਾਖੀ ਵਾਲਾ ਸਾਹਿਤ ਹੀ ਅੱਜ ਸਮੇਂ ਦਾ ਸੱਚ ਸਿੱਧ ਹੋ ਸਕਦਾ ਹੈ ਬਾਕੀ ਸਭ ਕੂੜ ਕਬਾੜ ਹੈ ਸੋ ਪ੍ਰਾਪਤੀ ਵਾਲਾ ਸਾਹਿਤ ਹੀ ਜ਼ਿੰਦਗੀ ਦਾ ਕੌਮੀ ਸਾਹਿਤ ਹੁੰਦਾ ਹੈ ਆਪਣੇ ਪਿਆਰੇ ਪਾਠਕਾਂ ਦਾ ਭਾਈ ਜਸਵੰਤ ਸਿੰਘ ਕਬਲ ਵਾਹ ਥੱਲੇ ਵਾਲਾ ਪੈਰਾ ਮੈਂ ਦੁਬਾਰਾ ਪੜਨਾ ਚਾਹੁੰਨਾ ਛੋਟਾ ਜਿਹਾ ਜਿਹੜਾ ਦੋ ਲੈਣਾ ਮੇਰੀ ਹਸਰਤ ਹੈ ਮੈਂ ਆਜ਼ਾਦ ਕਰ ਸਕਾਂ ਆਜ਼ਾਦੀ ਦੀ ਪ੍ਰਾਪਤੀ ਤੇ ਰਾਖੀ ਵਾਲਾ ਸਾਹਿਤ ਹੀ ਅੱਜ ਸਮੇਂ ਦਾ ਸੱਚ ਸਿੱਧ ਹੋ ਸਕਦਾ ਹੈ ਇਹ ਗੱਲ ਬੜੀ ਜ਼ਬਰਦਸਤ ਹੈ ਬਹੁਤ ਡੂੰਗੀ ਹੈ ਬਹੁਤ ਜਿੜੀ ਤਾਂ ਨੂੰ ਮਾਨਸਿਕ ਤੌਰ ਤੇ ਆਜ਼ਾਦ ਕਰਦੇ ਹਾਂਜੀ ਕੌਮੀ ਕਰਦਾ ਮਸਲਾ ਤੇ ਹੈ ਹੀ ਖਾਲਸਾਈ ਵਿਚਾਰ ਖਾਲਸਾਈ ਕਰਦਾ ਤਾਂ ਮਸਲਾ ਹੈ ਪਰ ਖਾਲਸਾਈ ਵਿਚਾਰ ਜਿਹੜੀ ਹੈ ਜਿਨ੍ਹਾਂ ਚ ਉਹ ਇੰਟਰ ਨਹੀਂ ਹੁੰਦੀ ਸਾਡੇ ਅੰਦਰ ਤੇ ਫਿਰ ਖਾਲਸਾਈ ਕਰ ਕੇਵਲ ਇੱਕ ਮਿਸ਼ਨ ਰਹੇਗਾ ਪਰ ਆਦਰਸ਼ ਨਹੀਂ ਰਹੇਗਾ ਆਦਰਸ਼ ਦੇ ਇਹਦਾ ਰਸਤਾ ਦਰਸ਼ ਨਹੀਂ ਰਹੇਗਾ ਇਹ ਇਦਾਂ ਆਏਗਾ ਵੀ ਇੱਕ ਮਿਸ਼ਨ ਸੀ ਹਾਂਜੀ ਰঞ্জੀਤ ਸਿੰਘ ਦੇ ਟਾਈਮ ਤੇ ਪੰਜਾਬ ਦਾ ਰਾਜ ਅਹੀਂ ਕਾਇਮ ਕੀਤਾ ਪਰ ਰਸਤਾ ਦਰਸ਼ਨੀ ਸੀ ਇਸੇ ਕਰਕੇ ਅਸੀਂ ਤੋਖਾ ਖਾ ਗਏ 40 ਸਾਲ ਦੇ ਵਿੱਚ ਵਿੱਚ ਸਾਡਾ ਸਾਰਾ ਜੋ ਸਿਸਟਮ ਹੈ ਇੱਕਦਮ ਡੋਗਰਿਆਂ ਦੀਆਂ ਨੀਤੀਆਂ ਨਾਲ ਉਹਨਾਂ ਦੇ ਝੂਠਾਂ ਨਾਲ ਆਪਸੀ ਜਿਹੜੀ ਇੱਕ ਦੂਜੇ ਤੇ ਨਾ ਵਿਸ਼ਵਾਸ ਕਰਨ ਦੀ ਇਸ ਆਦਤ ਨੇ ਉਸ ਰਾਜ ਨੂੰ ਖਾ ਲਿਆ ਸਿਰੇ ਪੰਜਾਬ ਦੇ ਜਾਨ ਤੋਂ ਬਾਅਦ ਥੋੜਾ ਚਿਰ ਬਾਅਦ ਸਾਰਾ ਕੁਝ ਖਿਰੂ ਖਿਰੂ ਹੋ ਗਿਆ ਸੋ ਆਜ਼ਾਦੀ ਦੀ ਪ੍ਰਾਪਤੀ ਤੇ ਰਾਖੀ ਵਾਲਾ ਸਾਹਿਤ ਅੱਜ ਸਮੇ ਦਾ ਸੱਚ ਸੇ ਦੋ ਸਕਦਾ ਹੈ ਜਿਹੜੀ ਗੱਲ ਕਰੋ ਸਜਣੋ ਭਾਵੇਂ ਉਹ ਕਥਾਵਾਚਕ ਨੇ ਕੋਈ ਵੀ ਹੈ ਟਾਡੀ ਹੈ ਜਾਂ ਜਿਹੜਾ ਵੀ ਬੰਦਾ ਵਖਿਆਨ ਕਰਦਾ ਹੈ ਇੱਕ ਗੱਲ ਮੰਨ ਕੇ ਇੱਕ ਗੱਲ ਸੋਚ ਕੇ ਚੱਲੇ ਵੀ ਮੇਰੀ ਕਹੀ ਹੋਈ ਗੱਲ ਕੇਵਲ ਇੱਕ ਕਲਾ ਦਾ ਸਾਧਨ ਨਹੀਂ ਵੀ ਮੈਂ ਇੱਥੇ ਬੋਲ ਕੇ ਤੇ ਆਪਣੀ ਬੱਲੇ ਬੱਲੇ ਕਰਾ ਕੇ ਗਾਂ ਜਾਵਾਂ ਹਾਂਜੀ ਮੇਰੇ ਭੂਲ ਇਨਕਲਾਬ ਪੈਦਾ ਕਰਨਾ ਮੇਰੇ ਬਚਨਾਂ ਦੇ ਵਿੱਚੋਂ ਰੈਵਿਊਲੂਸ਼ਨ ਨਿਕਲੇ ਮੇਰੇ ਬਚਨ ਕਿਸੇ ਦਾ ਕੁਝ ਸਵਾਰ ਸਕਣ ਸਮਾਜੀ ਸੇਧ ਹੋਣ ਮੇਰੇ ਬਚਨ ਰਾਸਿਕ ਸੇਧ ਹੋਣ ਮੇਰੇ ਬਚਨ ਕੁਝ ਨਹੀਂ ਤੁਸੀਂ ਕਹਿਣਾ ਕੋਲੋ ਸਭ ਕੁਝ ਕਿਹਾ ਪਿਆ ਤੁਸੀਂ ਕੇਵਲ ਇਮਾਨਦਾਰੀ ਵਰਤ ਕੇ ਉਹਨਾਂ ਨੂੰ ਕਹਿਣਾ ਹੈ ਜੋ ਤੁਹਾਨੂੰ ਤੁਹਾਡਾ ਬਾਬਾ ਦੱਸ ਗਿਆ ਤੁਹਾਡਾ ਗੁਰੂ ਦੱਸ ਗਿਆ